ਤੇ ਅੱਜ ਦੀਆਂ ਖਬਰਾਂ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੱਲ ਉਹਨਾਂ ਨੇ ਇੱਕ ਭਾਸ਼ਣ ਦੇ ਦੌਰਾਨ ਕਿਹਾ ਆ ਵੀ ਮੈਂ ਬਹੁਤ ਜਲਦੀ ਅਨਾਉਂਸ ਕਰਨ ਜਾ ਰਿਹਾ ਵੀ ਬਹੁਤ ਜ਼ਿਆਦਾ ਪ੍ਰੋਬੇਬਿਲਿਟੀ ਆ ਵੀ ਆਪਾਂ ਜਿਹੜੀਆਂ ਅਗਲੀਆਂ ਇਲੈਕਸ਼ਨ ਹੋਣੀਆਂ ਹੈਗੀਆਂ ਪ੍ਰੈਜ਼ੀਡੈਂਟ ਦੀਆਂ, ਉਹਦੇ ਵਿੱਚ ਐਜ਼ ਅ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਸੋ ਇਹ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ। ਸੋ ਕਹਿੰਦੇ ਵੀ ਵੈਰੀ 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 ਗੁੱਡ ਚਾਂਸ ਆ ਵੀ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ 2024 ਦੀ ਬਿਡ ਦੇ ਲਈ। 2024 ਚ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਣੀ ਆ। ਮਿਡ ਟਰਮ ਜਿਹੜੀਆਂ ਇਲੈਕਸ਼ਨਸ ਆ ਉਹ ਕਾਫੀ ਫਸਮੀਆਂ ਆ ਇਸ ਵਾਰੀ, ਕਿਉਂਕਿ ਡੈਮੋਕ੍ਰੇਟਸ ਕਾਫੀ ਉਹਨਾਂ ਨੂੰ ਹਰਟ ਕਰ ਰਿਹਾ ਆ ਇਕਨੋਮੀ ਨੂੰ ਲੈ ਕੇ ਤੇ ਇਨਫਲੇਸ਼ਨ ਨੂੰ ਲੈ ਕੇ, ਤੇ ਇਸੇ ਕਰਕੇ ਉਹਨਾਂ ਨੇ ਨਵੰਬਰ 14 ਨੂੰ ਇਹ ਖਬਰ ਆ ਰਹੀ ਆ, ਹੋ ਸਕਦਾ ਵੀ ਉਹ ਅਨਾਉਂਸ ਕਰ ਦੇਣ ਵੀ ਉਹ ਨੈਕਸਟ ਜੋ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਜੀ ਬਿਲਕੁਲ। ਸੋ ਨਵੰਬਰ ਦੇ ਤੀਜੇ ਹਫਤੇ ਦੇ ਵਿੱਚ ਕਹਿੰਦੇ ਵੀ ਉਹ ਆਈ ਕਰ ਰਹੇ ਆ, ਉਹਨਾਂ ਨੇ ਅੱਖ ਰੱਖੀ ਆ ਵੀ ਉੱਥੇ ਉਸ ਹਫਤੇ ਦੇ ਵਿੱਚ ਇਹਨਾਂ ਨੇ ਐਲਾਨ ਜਿਹੜਾ ਉਹ ਕਰ ਦੇਣਾ। ਸੋ ਤਕਰੀਬਨ ਇਹ ਬੜੇ ਚਿਰ ਤੋਂ 1 ਸਾਲ ਹੀ ਹੋ ਗਿਆ ਹਰਜੋਤ ਸਿੰਘ ਜੀ ਵੀ ਇਸ ਦੀਆਂ ਚਰਚਾਵਾਂ ਜਿਹੜੀਆਂ ਉਹ ਤੇਜ਼ ਨੇ, ਜਦੋਂ ਤੋਂ ਇਲੈਕਸ਼ਨ ਹਾਰੇ ਆ, ਇਲੈਕਸ਼ਨ ਹਾਰ ਨੂੰ ਜਿਹੜਾ ਉਹ ਨਾ ਕਬੂਲਣਾ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਕੁਛ ਜਿਹੜਾ ਉਹ ਵਾਪਰਨਾ ਤੇ ਉਸ ਤੋਂ ਬਾਅਦ ਚ ਲੋਕਾਂ ਦਾ ਇਹਨਾਂ ਦੇ ਪ੍ਰਤੀ ਝੁਕਾਅ, ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਵਿੱਚ ਇਹਨਾਂ ਦਾ ਸਟਰੋਂਗ ਹੋਲਡ ਹੋਣਾ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਇਹ ਐਲਾਨ ਕਰ ਰਹੇ ਆ ਵੀ ਇਹਨਾਂ ਨੇ ਜਿਹੜਾ ਤਕਰੀਬਨ ਇੱਕ ਹਿਸਾਬ ਦੇ ਨਾਲ ਜਿੱਦਾਂ ਤੁਸੀਂ ਕਿਹਾ ਵੀ ਪ੍ਰੋਬੇਬਲੀ ਇਹ ਤੈਅ ਹੀ ਆ ਵੀ ਇਹਨਾਂ ਨੇ ਜਲਦ ਹੀ ਇਲੈਕਸ਼ਨ ਦੇ ਲਈ ਐਲਾਨ ਜਿਹੜਾ ਉਹ ਕਰ ਦੇਣਾ ਆ। ਸੋ ਗਹਿਗਾ ਚ ਮੁਕਾਬਲਾ ਮਿਡ ਟਰਮ ਇਲੈਕਸ਼ਨ ਦਾ ਜਿਹੜਾ ਹੋਣ ਜਾ ਰਿਹਾ ਆ। ਸੋ ਇਹ ਮਿਡ ਟਰਮ ਇਲੈਕਸ਼ਨ ਦੇ ਹੋਣ ਦੇ ਇੰਤਜ਼ਾਰ ਦੇ ਵਿੱਚ ਆ। ਜੇ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਐਲਾਨ ਕਰਦੇ ਤਾਂ ਕਹਿੰਦੇ ਵੀ ਡੈਮੋਕ੍ਰੇਟਸ ਨੂੰ ਇਹ ਮੌਕਾ ਹੋਣਾ ਸੀਗਾ ਵੀ ਦੇਖੋ ਅਗਲੀ ਵਾਰੀ ਫੇਰ ਰਿਪਬਲਿਕਨ ਪਾਰਟੀ ਨੇ ਟਰੰਪ ਹੋਣਾ ਨੂੰ ਜਿਹੜਾ ਉਹ ਲੈ ਕੇ ਆਉਣਾ ਆ, ਪਰ ਹੁਣ ਉਹ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਉਸ ਕੈਂਪੇਨ ਨੂੰ, ਉਸ ਗੱਲ ਨੂੰ ਇੱਕ ਹਿਸਾਬ ਦੇ ਨਾਲ ਉਹ ਦੱਬ ਗਏ ਆ, ਤੇ ਜੇ ਉਸ ਤੋਂ ਬਾਅਦ ਚ ਕਰਦੇ ਆ ਤਾਂ ਫਿਰ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਕਹਿਣ ਦੇ ਲਈ ਕੋਈ ਮੌਕਾ ਨਹੀਂ ਹੋਊਗਾ। ਫਿਰ 2 ਸਾਲ ਪੂਰਾ ਫਸਵੀਂ ਕੈਂਪੇਨਿੰਗ ਆਪਾਂ ਨੂੰ ਦੇਖਣ ਨੂੰ ਮਿਲੂਗੀ। ਸੋ ਲੈਟਸ ਸੀ ਅੱਗੇ ਜਿਹੜਾ ਉਹ ਹੁਣ ਕੀ ਬਣਦਾ ਹੈਗਾ। ਤੇ ਅੱਜ ਦੀਆਂ ਖਬਰਾਂ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੱਲ ਉਹਨਾਂ ਨੇ ਇੱਕ ਭਾਸ਼ਣ ਦੇ ਦੌਰਾਨ ਕਿਹਾ ਆ ਵੀ ਮੈਂ ਬਹੁਤ ਜਲਦੀ ਅਨਾਉਂਸ ਕਰਨ ਜਾ ਰਿਹਾ ਵੀ ਬਹੁਤ ਜ਼ਿਆਦਾ ਪ੍ਰੋਬੇਬਿਲਿਟੀ ਆ ਵੀ ਆਪਾਂ ਜਿਹੜੀਆਂ ਅਗਲੀਆਂ ਇਲੈਕਸ਼ਨ ਹੋਣੀਆਂ ਹੈਗੀਆਂ ਪ੍ਰੈਜ਼ੀਡੈਂਟ ਦੀਆਂ, ਉਹਦੇ ਵਿੱਚ ਐਜ਼ ਅ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਸੋ ਇਹ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ। ਸੋ ਕਹਿੰਦੇ ਵੀ ਵੈਰੀ 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 ਗੁੱਡ ਚਾਂਸ ਆ ਵੀ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ 2024 ਦੀ ਬਿਡ ਦੇ ਲਈ। 2024 ਚ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਣੀ ਆ। ਮਿਡ ਟਰਮ ਜਿਹੜੀਆਂ ਇਲੈਕਸ਼ਨਸ ਆ ਉਹ ਕਾਫੀ ਫਸਮੀਆਂ ਆ ਇਸ ਵਾਰੀ, ਕਿਉਂਕਿ ਡੈਮੋਕ੍ਰੇਟਸ ਕਾਫੀ ਉਹਨਾਂ ਨੂੰ ਹਰਟ ਕਰ ਰਿਹਾ ਆ ਇਕਨੋਮੀ ਨੂੰ ਲੈ ਕੇ ਤੇ ਇਨਫਲੇਸ਼ਨ ਨੂੰ ਲੈ ਕੇ, ਤੇ ਇਸੇ ਕਰਕੇ ਉਹਨਾਂ ਨੇ ਨਵੰਬਰ 14 ਨੂੰ ਇਹ ਖਬਰ ਆ ਰਹੀ ਆ, ਹੋ ਸਕਦਾ ਵੀ ਉਹ ਅਨਾਉਂਸ ਕਰ ਦੇਣ ਵੀ ਉਹ ਨੈਕਸਟ ਜੋ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਜੀ ਬਿਲਕੁਲ। ਸੋ ਨਵੰਬਰ ਦੇ ਤੀਜੇ ਹਫਤੇ ਦੇ ਵਿੱਚ ਕਹਿੰਦੇ ਵੀ ਉਹ ਆਈ ਕਰ ਰਹੇ ਆ, ਉਹਨਾਂ ਨੇ ਅੱਖ ਰੱਖੀ ਆ ਵੀ ਉੱਥੇ ਉਸ ਹਫਤੇ ਦੇ ਵਿੱਚ ਇਹਨਾਂ ਨੇ ਐਲਾਨ ਜਿਹੜਾ ਉਹ ਕਰ ਦੇਣਾ। ਸੋ ਤਕਰੀਬਨ ਇਹ ਬੜੇ ਚਿਰ ਤੋਂ 1 ਸਾਲ ਹੀ ਹੋ ਗਿਆ ਹਰਜੋਤ ਸਿੰਘ ਜੀ ਵੀ ਇਸ ਦੀਆਂ ਚਰਚਾਵਾਂ ਜਿਹੜੀਆਂ ਉਹ ਤੇਜ਼ ਨੇ, ਜਦੋਂ ਤੋਂ ਇਲੈਕਸ਼ਨ ਹਾਰੇ ਆ, ਇਲੈਕਸ਼ਨ ਹਾਰ ਨੂੰ ਜਿਹੜਾ ਉਹ ਨਾ ਕਬੂਲਣਾ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਕੁਛ ਜਿਹੜਾ ਉਹ ਵਾਪਰਨਾ ਤੇ ਉਸ ਤੋਂ ਬਾਅਦ ਚ ਲੋਕਾਂ ਦਾ ਇਹਨਾਂ ਦੇ ਪ੍ਰਤੀ ਝੁਕਾਅ, ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਵਿੱਚ ਇਹਨਾਂ ਦਾ ਸਟਰੋਂਗ ਹੋਲਡ ਹੋਣਾ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਇਹ ਐਲਾਨ ਕਰ ਰਹੇ ਆ ਵੀ ਇਹਨਾਂ ਨੇ ਜਿਹੜਾ ਤਕਰੀਬਨ ਇੱਕ ਹਿਸਾਬ ਦੇ ਨਾਲ ਜਿੱਦਾਂ ਤੁਸੀਂ ਕਿਹਾ ਵੀ ਪ੍ਰੋਬੇਬਲੀ ਇਹ ਤੈਅ ਹੀ ਆ ਵੀ ਇਹਨਾਂ ਨੇ ਜਲਦ ਹੀ ਇਲੈਕਸ਼ਨ ਦੇ ਲਈ ਐਲਾਨ ਜਿਹੜਾ ਉਹ ਕਰ ਦੇਣਾ ਆ। ਸੋ ਗਹਿਗਾ ਚ ਮੁਕਾਬਲਾ ਮਿਡ ਟਰਮ ਇਲੈਕਸ਼ਨ ਦਾ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਇਹ ਮਿਡ ਟਰਮ ਇਲੈਕਸ਼ਨ ਦੇ ਹੋਣ ਦੇ ਇੰਤਜ਼ਾਰ ਦੇ ਵਿੱਚ ਆ। ਜੇ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਐਲਾਨ ਕਰਦੇ ਤਾਂ ਕਹਿੰਦੇ ਵੀ ਡੈਮੋਕ੍ਰੇਟਸ ਨੂੰ ਇਹ ਮੌਕਾ ਹੋਣਾ ਸੀਗਾ ਵੀ ਦੇਖੋ ਅਗਲੀ ਵਾਰੀ ਫੇਰ ਰਿਪਬਲਿਕਨ ਪਾਰਟੀ ਨੇ ਟਰੰਪ ਹੋਣਾ ਨੂੰ ਜਿਹੜਾ ਉਹ ਲੈ ਕੇ ਆਉਣਾ ਆ, ਪਰ ਹੁਣ ਉਹ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਉਸ ਕੈਂਪੇਨ ਨੂੰ, ਉਸ ਗੱਲ ਨੂੰ ਇੱਕ ਹਿਸਾਬ ਦੇ ਨਾਲ ਉਹ ਦੱਬ ਗਏ ਆ, ਤੇ ਜੇ ਉਸ ਤੋਂ ਬਾਅਦ ਚ ਕਰਦੇ ਆ ਤਾਂ ਫਿਰ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਕਹਿਣ ਦੇ ਲਈ ਕੋਈ ਮੌਕਾ ਨਹੀਂ ਹੋਊਗਾ। ਫਿਰ 2 ਸਾਲ ਪੂਰਾ ਫਸਵੀਂ ਕੈਂਪੇਨਿੰਗ ਆਪਾਂ ਨੂੰ ਦੇਖਣ ਨੂੰ ਮਿਲੂਗੀ। ਸੋ ਲੈਟਸ ਸੀ ਅੱਗੇ ਜਿਹੜਾ ਉਹ ਹੁਣ ਕੀ ਬਣਦਾ ਹੈਗਾ।